ਸੰਤ ਜਰਨੈਲ ਸਿੰਘ ਭਿੰਡਰਾਂਵਾਲ ਦੇ ਜਿਹੜੇ ਸਸੁਰਾਲ ਸੀਗੇ ਉਹ ਬਿਲਾਸਪੁਰ ਸੀਗੇ। ਓਕੇ, ਸੋ ਉਹਨਾਂ ਫੈਮਿਲੀ ਮੇਰੇ ਕੋਲ ਮਤਲਬ ਮੇਰੇ ਪੇਸ਼ੈਂਟ ਸੀਗੇ ਉਹ ਸਾਰੇ, ਉਹਨਾਂ ਸਸੁਰਾਲ ਪਰਿਵਾਰ ਵੀ ਅਤੇ ਉਹਨਾਂ ਦੀ ਸਾਰੀ ਬਾਕੀ ਫੈਮਿਲੀ ਵੀ, ਉਹਨਾਂ ਦੀ ਵਾਈਫ ਹੋਣੀ ਵੀ, ਉਹ ਵੀ ਮੇਰੇ ਕੋਲ ਦਵਾਈ ਲੈਣ ਆਉਂਦੇ ਰਹੇ ਨੇ ਹੈਗਾ ਕਿ ਮੇਰੇ 2 ਟੈਗ ਸੀਗੇ, ਇੱਕ ਤਾਂ ਮੈਂ ਹਿੰਦੂ ਸੀਗਾ, ਦੂਜਾ ਮੈਂ ਲੈਫਟਿਸਟ ਸੀਗਾ। ਸਰਕਾਰ ਮੇਰੇ ਸੱਤ ਤੱਕ ਹੋਏ ਕਿ 75 ਦੀ ਐਮਰਜੈਂਸੀ ਦੌਰਾਨ ਮੈਨੂੰ ਜੇਲ੍ਹ ਤੱਕ ਜਾਣਾ ਪਿਆ, ਮਤਲਬ ਆਈ ਪੋਸਟ ਐਮਰਜੈਂਸੀ ਟੁੱਕ ਆਊਟ ਪ੍ਰੋਸੈਸ਼ਨ, ਆਈ ਵਾਜ਼ ਪੁੱਟ ਬਿਹਾਈਂਡ ਬਾਰ ਫਾਰ 2 ਮੰਥਸ। ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ, ਸਾਡੇ ਨਾਲ ਨੇ ਡਾਕਟਰ ਧਰਮਵੀਰ ਗਾਂਧੀ, ਗਾਂਧੀ ਸਾਹਿਬ ਸਵਾਗਤ ਹੈ। ਬਹੁਤ ਧੰਨਵਾਦ ਜੀ। ਸਰ, ਕਾਂਗਰਸ ਨੂੰ ਗਾਂਧੀਆਂ ਦੀ ਪਾਰਟੀ ਮੰਨਿਆ ਜਾਂਦਾ, ਤੁਸੀਂ ਕਿਹੜੇ ਗਾਂਧੀ ਹੋਵੋਗੇ? ਨਹੀਂ ਨਹੀਂ, ਮੈਂ ਕੋਈ ਗਾਂਧੀ ਨਹੀਂ ਹੈਗਾ, ਮੈਂ ਤਾਂ ਮੈਡੀਕਲ ਕਾਲਜ ਜਦੋਂ ਗਿਆ ਤਾਂ ਬਿਕੋਜ਼ ਮਾਈ ਫਾਦਰ ਵਾਜ਼ ਏ ਟੀਚਰ ਐਂਡ ਹੀ ਵਾਜ਼ ਏ ਸੋਸ਼ਲ ਵਰਕਰ, ਅਤੇ ਮੈਨੂੰ ਵੀ ਸੀਗਾ ਕਿ ਵੀ ਸਮਾਜਿਕ ਭਲਾਈ ਦੇ ਕੰਮ ਕਰਨ ਦਾ ਸ਼ੌਕ ਸੀਗਾ, ਅਤੇ ਪਹਿਲੇ ਸਾਲ 'ਚ ਅਸੀਂ ਆਪਣਾ ਕੁਛ ਕਲੱਬ ਬਣਾ ਕੇ ਕੁਛ ਕੰਮ ਕਰਨੇ ਸ਼ੁਰੂ ਕੀਤੇ ਹੈਗੇ, ਉਹ ਜੀ ਲੋਕ ਮੈਨੂੰ ਗਾਂਧੀ ਗਾਂਧੀ ਕਹਿਣ ਲੱਗ ਪਏ, ਅਤੇ ਮੈਂ ਫਿਰ ਮੈਂ ਫਿਰ ਗਾਂਧੀ ਬਣ ਗਿਆ। ਅਦਰਵਾਈਜ਼ ਆਈ ਐਮ ਨੋਟ ਗਾਂਧੀ ਬਾਈ ਕਾਸਟ ਔਰ ਐਨੀਥਿੰਗ ਔਰ ਦੈਟ। ਅੱਛਾ, ਤੁਸੀਂ ਬਹੁਤ ਲੈਫਟ ਨਾਲ ਜੁੜੇ ਰਹੇ ਸਟੂਡੈਂਟ ਲਾਈਫ ਤੋਂ, ਸਾਰੀ ਉਮਰ ਲੈਫਟ ਨਾਲ ਕੰਮ ਕੀਤਾ, ਫਿਰ ਆਮ ਆਦਮੀ ਪਾਰਟੀ ਨਾਲ ਆਏ, ਹੁਣ ਆਖਰ ਨੂੰ ਕਾਂਗਰਸ 'ਚ ਕਿਵੇਂ ਆਉਣਾ ਹੋ ਗਿਆ? ਦੇਖੋ, ਅਸੀਂ ਨਾ ਪਿੰਡਾਂ 'ਚੋਂ ਆਏ ਸੀਗੇ, ਸਮਾਂ ਚੰਗਾ ਸੀਗਾ, ਨਾ ਸਿਫਾਰਸ਼ਾਂ ਦੀ ਲੋੜ ਸੀ ਨਾ ਰਿਸ਼ਵਤ ਦੀ ਲੋੜ ਸੀਗੀ, ਮੈਡੀਕਲ ਕਾਲਜਾਂ 'ਚ ਪਹੁੰਚ ਗਏ ਅਸੀਂ, ਪਰ ਪਿੰਡਾਂ ਦੀਆਂ ਸੰਵੇਦਨਾਵਾਂ ਨਾਲ ਲੈ ਕੇ ਗਏ, ਸੈਂਸਿਟੀਵਿਟੀਜ਼ ਨਾਲ ਲੈ ਕੇ ਗਏ, ਗਰੀਬੀ ਦੀ, ਗੁਰਬ ਦੀ। ਪਿਤਾ ਹੀ ਮੇਰੇ ਪ੍ਰਾਇਮਰੀ ਸਕੂਲ ਟੀਚਰ ਸੀਗੇ, ਤੁਹਾਨੂੰ ਪਤਾ ਹੀ ਹੈ ਪ੍ਰਾਇਮਰੀ ਸਕੂਲ ਟੀਚਰ ਕਿੰਨੇ ਕੁ ਜੋਗਾ ਹੁੰਦਾ ਹੈਗਾ, ਅਤੇ ਪਰ ਉਹ ਮੈਡੀਕਲ ਪਹੁੰਚੋ ਦੌਰਾਨ ਉਦੋਂ ਸੰਸਾਰ ਭਰ 'ਚ ਇੱਕ ਤਰਥੱਲੀਆਂ ਦਾ ਯੁੱਗ ਸੀਗਾ, ਹਿੰਦੁਸਤਾਨ 'ਚ ਬੜੀ ਕਾਫੀ ਵੱਡੀਆਂ ਐਜੀਟੇਸ਼ਨ, ਆਲ ਇੰਡੀਆ ਰੇਲਵੇ ਸਟ੍ਰਾਈਕ ਸੀਗੀ, ਕਿਸਾਨ ਅੰਦੋਲਨ ਸੀਗਾ ਦੁਨੀਆ 'ਚ, ਫਰਾਂਸ ਮਤਲਬ ਇੱਕ ਬੜਾ ਵੱਡਾ ਅੰਦੋਲਨ ਚੱਲ ਰਿਹਾ ਸੀਗਾ, ਸੋ ਉਹ 'ਚ ਅਸੀਂ ਇੰਡੋ ਚਾਈਨਾ 'ਚ ਅੱਗ ਲੱਗੀ ਹੋਈ ਸੀ, ਮਤਲਬ ਬੜੀ ਤਗੜੀ ਜੰਗ ਸੀ ਅਮੈਰੀਕਾ ਦੇ ਖਿਲਾਫ, ਅਤੇ ਅਸੀਂ ਉਹ ਤੋਂ ਪ੍ਰਭਾਵਿਤ ਹੋ ਕੇ ਅਸੀਂ ਸਰਗਰਮ ਹੋਏ ਹੈਗੇ। ਸਰਗਰਮ ਇਸ ਹੱਦ ਤੱਕ ਹੋਏ ਕਿ 75 ਦੀ ਐਮਰਜੈਂਸੀ ਦੌਰਾਨ ਮੈਨੂੰ ਜੇਲ੍ਹ ਤੱਕ ਜਾਣਾ ਪਿਆ, ਮਤਲਬ ਆਈ ਪੋਸਟ ਐਮਰਜੈਂਸੀ ਟੁੱਕ ਆਊਟ ਪ੍ਰੋਸੈਸ਼ਨ, ਆਈ ਵਾਜ਼ ਪੁੱਟ ਬਿਹਾਈਂਡ ਬਾਰ ਫਾਰ 2 ਮੰਥਸ। ਫਿਰ ਮੈਂ ਮਜ਼ਦੂਰਾਂ 'ਚ ਕੰਮ ਕੀਤਾ 2-3 ਸਾਲ, ਲੁਧਿਆਣੇ ਲਾਏ ਹੈਗੇ, ਫਿਰ ਮੈਂ ਡਾਕਟਰੀ ਸੇਵਾ ਕੀਤੀ ਪਿੰਡਾਂ ਦੀ, ਮਤਲਬ ਪਿੰਡ 10 ਸਾਲ ਲਾਏ ਹੈਗੇ ਆ। ਅੰਨਾ ਹਜ਼ਾਰੇ ਮੂਵਮੈਂਟ ਆਈ, ਸਾਨੂੰ ਐਂ ਲੱਗਿਆ ਕਿ ਵੀ ਜਿਸ ਤਰ੍ਹਾਂ ਲੋਕ ਸੜਕਾਂ 'ਤੇ ਆ ਗਏ, ਲੱਖਾਂ ਲੋਕ, ਸਮਾਜ 'ਚ ਹਲਚਲ ਸ਼ੁਰੂ ਹੋਈ, ਐਂ ਲੱਗਿਆ ਕਿ ਇੱਕ ਮਤਲਬ ਠੰਡੀ ਹਵਾ ਦਾ ਬੁੱਲਾ ਆਇਆ ਹੈਗਾ ਕਿ ਦੇਸ਼ ਬਦਲ ਰਿਹਾ, ਸਮਾਜ ਬਦਲ ਰਿਹਾ, ਰਾਜਨੀਤੀ ਬਦਲ ਰਹੀ ਹੈਗੀ, ਅਤੇ ਸਾਨੂੰ ਆਪਣੇ ਘਰਾਂ 'ਚ ਨਹੀਂ ਬੈਠੇ ਰਹਿਣਾ ਚਾਹੀਦਾ, ਮੈਨੂੰ ਕਲੀਨਿਕ 'ਚ ਹੀ ਬਹਿਣਾ ਚਾਹੀਦਾ, ਮੈਨੂੰ ਫਾਰ ਦਿਸ ਲਾਰਜਰ ਗੇਲ, ਜਿਹਦੇ ਵਾਸਤੇ ਸਾਰੀ ਉਮਰ ਮੈਂ ਤੜਫਦਾ ਰਿਹਾ ਹੈਗਾ ਕਿ ਮੈਨੂੰ ਜੇ ਸਿਸਟਰ ਨੂੰ ਮਾੜੀ 7 ਵੀ ਵੱਜਦੀ ਹੈ ਨਾ, ਮਾੜੀ ਵੀ 7 ਵੱਜਦੀ ਹੈ, ਮੈਨੂੰ ਹਿੱਸਾ ਹੋਣਾ ਚਾਹੀਦਾ। ਆਈ ਜੁਆਇੰਟ ਆਮ ਆਦਮੀ ਪਾਰਟੀ, ਪਹਿਲਾਂ ਨਜ਼ਾਰੇ ਅੰਦੋਲਨ ਕੀਤਾ, ਬਾਅਦ 'ਚ ਆਮ ਆਦਮੀ ਪਾਰਟੀ ਸ਼ੁਰੂ ਜੁਆਇਨ ਕਰ ਲਈ ਹੈਗੀ, ਪਰ ਬਹੁਤ ਜਲਦੀ ਮੈਂ ਆਮ ਆਦਮੀ ਪਾਰਟੀ ਤੋਂ ਹਤਾਸ਼ ਹੋ ਗਿਆ, ਨਿਰਾਸ਼ ਹੋ ਗਿਆ, ਕਿਉਂਕਿ ਜਿਹਨਾਂ ਅਸੂਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਸੀਗਾ, ਜੋ ਪ੍ਰੋਮਿਸ ਸੀ ਕੀਤੇ ਗਏ ਕਿ ਇੰਟਰਾ ਪਾਰਟੀ ਡੈਮੋਕ੍ਰੇਸੀ ਹੋਊਗੀ, ਸਵਰਾਜ ਹੋਊਗਾ, ਅਤੇ ਹਾਈ ਕਮਾਂਡ ਕਲਚਰ ਨਹੀਂ ਹੋਊਗਾ, VIP ਕਲਚਰ ਨਹੀਂ ਹੋਊਗਾ, ਆਰਥਿਕ ਪਾਰਦਰਸ਼ਤਾ ਹੋਊਗੀ, ਸਿਆਸੀ ਪਾਰਦਰਸ਼ਤਾ ਹੋਊਗੀ। ਹੌਲੀ ਹੌਲੀ ਮੈਂ ਦੇਖਿਆ ਕਿ ਮੈਨੂੰ ਸਾਲ 'ਚ ਪਤਾ ਲੱਗ ਗਿਆ ਕਿ ਪਾਰਟੀ ਉਹਨਾਂ ਅਸੂਲਾਂ 'ਤੇ ਕਰੀ ਨਹੀਂ ਉੱਤਰ ਰਹੀ, ਅਤੇ ਮੈਂ 2015 ਦੀ ਫਰਵਰੀ ਮਾਰਚ ਵਿੱਚ ਮੈਂ ਪਾਰਟੀ ਨੂੰ ਅਲਵਿਦਾ ਕਹਿ ਦਿੱਤੀ ਹੈਗੀ। ਪਰ 14-24 ਦੇ ਵਿਚਕਾਰ ਇੰਨਾ ਕੁਛ ਵਾਪਰਿਆ, ਔਰ ਜਿਹੜੇ ਜੋ 50 ਸਾਲ 'ਚ ਨਹੀਂ ਸੀ ਵਾਪਰਿਆ ਹੈਗਾ, ਦੇਸ਼ ਦਾ ਸਾਰਾ ਮਤਲਬ ਸਮਾਜਿਕ ਤਾਣਾ ਬਾਣਾ, ਆਰਥਿਕ ਤਾਣਾ ਬਾਣਾ, ਅਤੇ ਜਿਹੜਾ ਜਮਹੂਰੀ ਤਾਣਾ ਬਾਣਾ, ਇੰਨਾ ਤਹਿਸ ਨਹਿਸ ਕਰ ਦਿੱਤਾ ਗਿਆ ਕਿ ਧਾਰਮਿਕ ਧਰੁਵੀਕਰਨ ਵੱਲ ਨੂੰ ਕੋਸ਼ਿਸ਼ਾਂ ਹੋਣ ਲੱਗੀਆਂ, ਹਿੰਦੂ ਮੁਸਲਿਮ ਡਿਵਾਈਡ ਦੀ ਗੱਲ ਹੋਣ ਲੱਗੀ ਹੈਗੀ ਹੈ, ਅਤੇ ਇੱਕ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਜਾਣ ਲੱਗਿਆ ਇੱਕ ਖਾਸ ਫਿਰਕਿਆਂ ਦੇ ਖਿਲਾਫ ਹੈਗਾ। ਕਾਂਗਰਸ ਸਹੀ ਪਾਰਟੀ ਨਹੀਂ, ਕਾਂਗਰਸ ਦੀਆਂ ਦਿੱਕਤਾਂ ਹੈਗੀਆਂ, ਕਾਂਗਰਸ ਆਈ ਡੋਂਟ ਸੇ ਕਾਂਗਰਸ ਸਹੀ ਪਾਰਟੀ ਹੈ, ਪਰ ਅੱਜ ਜਿਹੜੀ ਚੁਣੌਤੀ ਹੈਗੀ ਹੈ ਉਹ ਅੱਜ ਆਰਥਿਕ ਚੁਣੌਤੀ ਨਾਲੋਂ ਵੱਧ ਜਿਹੜੀ ਸਮਾਜਿਕ ਤਾਣੇ ਬਾਣੇ ਚੁਣੌਤੀ, ਜਿਹੜੀ ਜਮਹੂਰੀ ਕਦਰਾਂ ਕੀਮਤਾਂ ਨੂੰ ਚੁਣੌਤੀ ਹੈਗੀ ਹੈ, ਜਿਹੜੀ ਸੰਵਿਧਾਨ ਨੂੰ ਚੁਣੌਤੀ ਹੈਗੀ ਹੈ, ਜਿਹੜੀ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਨੂੰ, ਖਾਸ ਤੌਰ 'ਤੇ CBI, ED ਹੋਇਆ, ਜੁਡੀਸ਼ਰੀ ਹੋਈ, ਮੀਡੀਆ ਹੋਇਆ, ਜੋ ਇਹ ਚੁਣੌਤੀ ਹੈ ਕਿਤੇ ਵੱਡੀ ਹੈ, ਜਿਹਨਾਂ ਜਿਹੜਾ ਸਾਡੀ ਇਥੋਜ਼ ਹੈ, ਕੰਸਟੀਟਿਊਸ਼ਨ ਦੀਆਂ ਵੈਲਿਊਜ਼ ਹੈਗੀਆਂ ਉਹ ਤਹਿਸ ਨਹਿਸ ਹੋਣ ਲੱਗੀਆਂ ਹੈਗੀਆਂ, ਤਾਂ ਔਰ ਜਿਹੜੀ ਰਾਜਨੀਤਿਕ ਤਾਨਾਸ਼ਾਹੀ ਹੈ, ਜਿਸ ਤਰ੍ਹਾਂ ਇਹਨਾਂ ਏਜੰਸੀਆਂ ਨੂੰ ਵਰਤ ਕੇ, ਜੇਬੀ ਜਥੇਬੰਦੀਆਂ, ਪੋਕਟ ਆਰਗਨਾਈਜੇਸ਼ਨ ਬਣਾ ਕੇ ਇਹਨਾਂ ਨੂੰ ਸਿਆਸੀ ਵਿਰੋਧੀਆਂ ਖਿਲਾਫ ਵਰਤਿਆ ਜਾ ਰਿਹਾ ਹੈਗਾ, ਇਹਨਾਂ ਦੀ ਦੁਰਵਰਤੋਂ ਹੋ ਰਹੀ ਹੈਗੀ ਹੈ, ਉਹਦੇ ਨਾਲ ਜੋੜ ਕੇ ਜੋ ਸੰਵਿਧਾਨ ਨੂੰ ਬਦਲਣ ਦੀ ਗੱਲ ਇੱਕ MP ਨੇ ਕਰ ਦਿੱਤੀ, BJP ਦੇ MP ਨੇ, ਕਿ ਜੋ ਹੈ ਨਾ ਇਸ ਵਾਰ 400 ਪਾਰ, ਕਿ ਅਸੀਂ 400 ਪਾਰ ਕਰਕੇ ਕਰਨਾ, ਮਤਲਬ 2/3 ਮੈਜੋਰਟੀ ਲੈ ਕੇ ਅਸੀਂ ਸੰਵਿਧਾਨ ਬਦਲਾਂਗੇ। ਇਹ ਗੱਲਾਂ ਕਹਾਈਆਂ ਜਾਂਦੀਆਂ ਟੂ ਗਾਜ ਦਾ ਵਾਟਰ, ਪਾਣੀ ਮਾਪਣ ਵਾਸਤੇ ਕਿੰਨਾ ਕੁ ਲੋਕਾਂ 'ਚ ਰਿਐਕਸ਼ਨ ਹੁੰਦਾ ਹੈਗਾ। ਸੋ ਇਹ ਸਾਰੇ ਮਾਹੌਲ 'ਚ ਮੈਂ ਦੇਖਿਆ ਕਿ ਰਾਹੁਲ ਗਾਂਧੀ ਕੰਸਿਸਟੈਂਟਲੀ ਨਾ 14 ਤੋਂ ਲਗਾਤਾਰ ਉਹ RSS ਦੇ ਖਿਲਾਫ਼, ਜਾਂ ਮਤਲਬ ਜਿਹੜੀ ਫਿਰਕੂ ਰਾਜਨੀਤੀ ਦੇ ਖਿਲਾਫ਼ ਬੋਲਦੇ ਆਏ ਹੈ, ਹਾਲਾਂਕਿ ਉਹਨਾਂ ਦੇ ਬਹੁਤ ਮਤਲਬ ਆਈਡੀਓਲੋਜੀਕਲ ਹਮਲੇ ਹੋਏ, ਉਹਨਾਂ ਦੇ ਕੱਦ ਨੂੰ ਬਹੁਤ ਛੋਟਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਫਿਰ ਉਸ ਤੋਂ ਬਾਅਦ ਭਾਰਤ ਜੋੜੋ ਯਾਤਰਾ 'ਚ ਤਾਂ ਫਿਰ ਉਹਨਾਂ ਨੇ ਇੱਕ ਬਹੁਤ ਲੰਬੀ ਯਾਤਰਾ, ਜਿਹਨੂੰ ਤਪੱਸਿਆ ਕਹਿ ਲਓ ਤੁਸੀਂ ਕਹਿ ਸਕਦੇ ਹੋ, ਉਹ ਕੰਨਿਆਕੁਮਾਰੀ ਕਸ਼ਮੀਰ ਤੱਕ ਕੀਤੀ ਹੈਗੀ ਹੈ। ਉਹਦੇ 'ਚ ਉਹਨਾਂ ਨੇ 2 ਨਾਰੇ ਮੈਨੂੰ ਬੜੇ ਪਸੰਦ ਆਏ, ਡਰੋ ਮਤ, ਜਿਹਦੇ ਦੇਸ਼ 'ਚ ਭੈ ਦਾ ਦਹਿਸ਼
ਦਾਬੇ ਦਾ ਸਹਿਮ ਦਾ ਮਾਹੌਲ ਸੀਗਾ। ਅਪੋਜੀਸ਼ਨ ਪਾਰਟੀਆਂ ਤੱਕ ਸਹਿਮੀਆਂ ਹੋਈਆਂ ਸੀਗੀਆਂ, ਆਮ ਲੋਕ ਸਹਿਮੇ ਹੋਏ ਸੀਗੇ, ਉਸ ਮਾਹੌਲ ਨੂੰ ਚੱਕਣ 'ਚ ਬੜਾ ਵੱਡਾ ਰੋਲ ਪਲੇ ਕੀਤਾ। ਦੂਜਾ ਸੀਗਾ ਨਫ਼ਰਤ ਕੇ ਬਾਜ਼ਾਰ ਮੇਂ ਮੁਹੱਬਤ ਕੀ ਦੁਕਾਨ, ਇਟ ਅਟਰੈਕਟਡ ਮੀ। ਕੇਜਰੀਵਾਲ ਨਾਲ ਤੁਹਾਡੀ ਕੀ ਡਿਫਰੈਂਸਿਸ ਸੀ, ਹੁਣ ਫਿਰ ਅਲਾਇੰਸ ਹੈ ਕਾਂਗਰਸ ਨਾਲ, ਫਿਰ ਕਿਵੇਂ ਕਰੋਗੇ? ਨਹੀਂ ਅਲਾਇੰਸ ਹੁਣ ਤਾਂ ਇੱਕ ਬਹੁਤ ਵੱਡਾ ਕੈਨਵਸ ਹੈ, ਬਹੁਤ ਵੱਡਾ ਕੈਨਵਸ ਹੈ ਪੋਲੀਟਿਕਸ ਦਾ। 24 'ਚ ਹਿੰਦੁਸਤਾਨ ਦਾ ਫਿਊਚਰ ਲਿਖਿਆ ਜਾਣਾ, ਇਹ ਆਰਡਨਰੀ ਨਹੀਂ ਹੈਗਾ ਇਲੈਕਸ਼ਨ ਇਹ, ਅਤੇ ਉਹਦੇ ਵਾਸਤੇ ਤੁਸੀਂ ਹਿਸਟਰੀ ਦੇ ਸਹੀ ਪਾਸੇ ਖੜ੍ਹੇ ਹੋਣੇ ਚਾਹੀਦੇ ਹੈਗੇ। ਆਈ ਕਾਂਟ ਫੋਰਡ ਟੂ ਸਟੈਂਡ ਔਨ ਦਾ ਰੋਂਗ ਸਾਈਡ ਆਫ ਹਿਸਟਰੀ, ਔਰ ਭਾਜਪਾ ਇਜ਼ ਫਾਰ ਮੀ ਇਜ਼ ਦਾ ਰੋਂਗ ਸਾਈਡ ਆਫ ਹਿਸਟਰੀ। ਤੁਸੀਂ ਕਹਿ ਰਹੇ ਹੋ ਐਕਸਟਰਾਆਰਡੀਨਰੀ ਟਾਈਮ ਨੇ, ਪ੍ਰਾਈਮ ਮਿਨਿਸਟਰ ਕਹਿ ਰਿਹਾ ਸੀ ਬਹੁਤ ਗਰੋ ਕਰ ਰਹੇ ਹਾਂ ਦੇਸ਼। ਨਹੀਂ, ਉਹ ਤਾਂ ਲੋਕਾਂ ਨੂੰ ਦਿਖਦਾ ਹੀ ਹੈ ਕਿ ਆਪਣਾ ਹੰਗਰ ਇੰਡੈਕਸ ਕਿੱਥੇ ਹੈ, ਜਿਹੜਾ ਹਿਊਮਨ ਡਿਵੈਲਪਮੈਂਟ ਇੰਡੈਕਸ ਆਪਾਂ ਕਿੱਥੇ ਹੈਗੇ ਹਾਂ, ਹੰਗਰ ਇੰਡੈਕਸ ਕਿੱਥੇ ਹੈਗੇ ਹੈ, ਜੈਂਡਰ ਡਿਵੈਲਪਮੈਂਟ ਇੰਡੈਕਸ ਕਿੱਥੇ ਹੈਗੇ ਹੈ, ਪਾਵਰਟੀ ਇੰਡੈਕਸ ਕਿੱਥੇ ਹੈ। ਆਪਾਂ ਤਾਂ ਸਭ ਸਹਾਰਨ ਅਫਰੀਕਾ ਦੇ ਮੁਲਕਾਂ ਤੋਂ ਵੀ ਥੱਲੇ ਘੁੰਮਦੇ ਹਾਂ, ਬੰਗਲਾਦੇਸ਼ ਤੋਂ ਥੱਲੇ ਘੁੰਮਦੇ ਹਾਂ। ਡਾਕਟਰ ਸਾਹਿਬ ਦੱਸੋ, ਤੁਸੀਂ ਜਵਾਨੀ 'ਚ ਬਹੁਤ ਕੰਮ ਕੀਤਾ ਲੋਕਾਂ ਲਈ, ਗਰੀਬਾਂ ਲਈ ਕੀਤਾ, ਮਜ਼ਦੂਰਾਂ 'ਚ ਕੀਤਾ। ਹਾਂਜੀ, ਤੁਸੀਂ ਜਦੋਂ ਮੋਗੇ ਸੀ ਉਦੋਂ ਅੱਤਵਾਦ ਦੇ ਟਾਈਮ ਦੇ ਵਿੱਚ ਬਹੁਤ ਐਂ ਪਾਪੂਲਰ ਡਾਕਟਰ ਸੀ ਜਿਹਨੂੰ ਕੋਈ ਵੀ ਅਪਰੋਚ ਕਰ ਸਕਦਾ ਸੀ, ਉਹ ਥੋੜ੍ਹਾ ਦੱਸੋ ਕਿਵੇਂ ਸੀ ਮਾਹੌਲ? ਦੇਖੋ, ਮੇਰੇ ਅਪੋਇੰਟਮੈਂਟ ਹੋਈ ਸੀ ਪਿੰਡ ਬਿਲਾਸਪੁਰ ਜ਼ਿਲ੍ਹਾ ਫਰੀਦਕੋਟ ਵਿੱਚ, ਅਤੇ ਮੈਂ ਉੱਥੇ 10 ਸਾਲ ਰਿਹਾ, ਔਰ ਉਹ ਪੰਜਾਬ ਦੇ ਬਹੁਤ ਤਰਥਲੀਆਂ ਭਰੇ ਸਾਲ ਸੀਗੇ, ਬੜੀ ਟੈਰਰਿਜ਼ਮ ਦਾ ਦੌਰਦਾਰਾ ਸੀਗਾ। ਅਤੇ ਇੱਥੋਂ ਤੱਕ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲ ਦੇ ਜਿਹੜੇ ਸਸੁਰਾਲ ਸੀਗੇ ਉਹ ਬਿਲਾਸਪੁਰ ਸੀਗੇ। ਓਕੇ, ਸੋ ਉਹਨਾਂ ਫੈਮਿਲੀ ਮੇਰੇ ਕੋਲ ਮਤਲਬ ਮੇਰੇ ਪੇਸ਼ੈਂਟ ਸੀਗੇ। ਓਕੇ, ਉਹ ਸਾਰੇ ਉਹਨੇ ਸਸੁਰਾਲ ਪਰਿਵਾਰ ਵੀ, ਅਤੇ ਉਹਨਾਂ ਦੀ ਸਾਰੀ ਬਾਕੀ ਫੈਮਿਲੀ ਵੀ, ਉਹਨੇ ਵਾਈਫ ਹੋਣੀ ਵੀ, ਉਹ ਵੀ ਮੇਰੇ ਕੋਲ ਦਵਾਈ ਲੈਣ ਆਉਂਦੇ ਰਹੇ ਨੇ ਹੈਗਾ। ਸੋ ਮੇਰਾ ਲੋਕਾਂ 'ਚ ਕਾਫੀ ਮਤਲਬ, ਜਿਸ ਢੰਗ ਨਾਲ ਮੈਂ ਕਲੀਨਿਕ ਚਲਾਈ ਹੈ, ਔਰ ਉਹ ਕਲੀਨਿਕ ਪੰਜਾਬ ਦੀ ਬੈਸਟ ਕਲੀਨਿਕ ਡਿਕਲੇਅਰ ਕੀਤੀ ਪੰਜਾਬ ਸਰਕਾਰ ਨੇ, ਔਰ ਉਸ ਪੀਰੀਅਡ ਦੌਰਾਨ ਚਲਾਈ ਹੈਗੀ ਹੈ ਕਿ ਮੇਰੇ 2 ਅਟੈਕ ਸੀਗੇ, ਇੱਕ ਤਾਂ ਮੈਂ ਹਿੰਦੂ ਸੀਗਾ, ਦੂਜਾ ਮੈਂ ਲੈਫਟਿਸਟ ਸੀਗਾ। ਉਹਦੇ ਬਾਵਜੂਦ ਲੋਕਾਂ ਨੇ ਇੰਨਾ ਪਿਆਰ ਮੁਹੱਬਤ ਦਿੱਤੀ ਹੈ, ਜਿਹਦਾ ਮੈਂ ਕਰਜ਼ਾ ਸਾਰੀ ਉਮਰ ਨਹੀਂ ਉਤਾਰ ਸਕਦਾ। ਬਿਲਾਸਪੁਰ ਮੈਨੂੰ ਪੇਕਿਆਂ ਵਰਗਾ ਲੱਗਦਾ, ਬਿਲਾਸਪੁਰ ਮੈਨੂੰ ਆਪਣਾ ਘਰ ਲੱਗਦਾ ਹੈਗਾ। ਬਿਲਾਸਪੁਰ ਦੀ ਮੇਰੀ ਮੁਹੱਬਤ ਮੇਰੇ ਆਖਰੀ ਸਾਹ ਤੱਕ ਮੇਰੇ ਦਿਲੋਂ ਦਿਮਾਗ 'ਚ ਛਾਈ ਰਹੂਗੀ। ਬਸ ਇੱਕ ਆਖਰੀ ਸਵਾਲ, ਤੁਸੀਂ ਹਮੇਸ਼ਾ ਪੰਜਾਬ ਲਈ ਰੀਜਨਲ ਪਾਰਟੀ ਦੀ ਗੱਲ ਕਰਦੇ ਸੀਗੇ, ਹਰੀ ਹਮੇਸ਼ਾ ਕਹਿੰਦੇ ਸੀਗੇ ਵੀ ਮੇਰਾ ਇੱਕ ਆਪਣਾ ਏਜੰਡਾ, ਹੁਣ ਕੀ ਉਹ ਏਜੰਡਾ ਤੁਸੀਂ ਕਾਂਗਰਸ ਨਾਲ ਸਾਂਝਾ ਕੀਤਾ? ਨਹੀਂ, ਉਹ ਬਹਿਸ ਹੋਊਗੀ, ਗੱਲ ਕਰਾਂਗੇ ਉਹਦੇ 'ਤੇ। ਉਹਦਾ ਕਾਰਨ ਇਹ ਹੈ ਕਿ ਅਸੀਂ ਸਾਡੀ ਇਹ ਚਿੱਤ ਪਿਆ ਸੀ, ਜਿਹੜੀ ਪੁਰਾਣੀਆਂ ਰੀਜਨਲ ਪਾਰਟੀਆਂ ਹੈਗੀਆਂ, ਅਕਾਲੀ ਦਲ ਤੋਂ ਲੈ ਕੇ INLD ਚੌਟਾਲਿਆਂ ਤੋਂ ਲੈ ਕੇ ਲਾਲੂ ਤੋਂ ਲੈ ਕੇ ਮੁਲਾਇਮ ਤੋਂ ਲੈ ਕੇ ਜੈਲਲਤਾ ਤੋਂ ਲੈ ਕੇ, ਇਹ ਸਾਰੀਆਂ ਸੈਂਟਰ ਨੇ ਕੋਪਟ ਵੀ ਕਰ ਲਈਆਂ ਅਤੇ ਕਰਪਟ ਵੀ ਕਰ ਦਿੱਤੀਆਂ, ਸਾਡੇ ਸਾਹਮਣੇ ਹੈਗਾ। ਸਾਨੂੰ ਅਸੀਂ ਇੱਕ ਨਵੀਂ ਖੇਤਰੀ ਪਾਰਟੀ ਖੜੀ ਹੋਊਗੀ ਹਰ ਖੇਤੇ 'ਚੋਂ, ਉਹ ਰਲ ਕੇ ਫਿਰ ਜੈਨੂਨ ਫੈਡਰਲਿਜ਼ਮ ਹੋਊਗਾ ਹੈਗਾ, ਅਤੇ ਉਹਦੇ ਵਾਸਤੇ ਟਾਈਮ ਹੀ ਨਹੀਂ ਮਿਲਿਆ। ਹੁਣ ਤਾਂ ਸਾਰੇ ਮੁਲਕ ਦੀ ਜਮਹੂਰੀਅਤ ਵਾਸਤੇ ਖਤਰਾ ਹੋ ਗਿਆ, ਫੈਡਰਲਿਜ਼ਮ ਵਾਸਤੇ ਵੈਸੇ ਖਤਰਾ ਹੋ ਗਿਆ, ਕਿ ਹਰ ਡਾਇਵਰਸਿਟੀ ਦਾ, ਰਿਲੀਜੀਅਸ ਡਾਇਵਰਸਿਟੀ ਅਤੇ ਜਿਹੜੀ ਹੈਗੀ ਹੈ ਰੀਜਨਲ ਡਾਇਵਰਸਿਟੀ, ਜੋ ਆਈਡੈਂਟੀ ਹੈਗੀ ਹੈ, ਕਲਚਰਲ ਆਈਡੈਂਟੀ, ਉਹ ਸਾਰੀਆਂ ਆਈਡੈਂਟੀਜ਼ ਨੂੰ ਮੇਸ ਕੇ ਭਗਵੇਂ ਰੰਗ ਦੀ ਚਟਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਮੈਨੂੰ ਐਕਸੈਪਟੇਬਲ ਨਹੀਂ ਹੈਗੀ।